मॉर्निंग गाइस। तो यार तुसी सोचोगे सारे इन्ना ज्यादा हल पया क्यों होया, मतलब यार अज दोस्त ना थोड़ा जा जाना ते ओ कल पया वे मेरे ते पहले उधर लग रहे हुण इधर आ गया दूजा चक्कर, क्योंकि रात में इधर ही छड गया सी यार ते हुण बहुत ज्यादा कल पया पया वा। हुण मैं क्या सीधा आ जा, पहले मैं स्पीड कार वॉश कोल खड़ा, स्पीड कार वॉश तो इधर आ गया। हुण देखो हुण दे सारी कल पया ना, पता नहीं कित्थे रह गया। मैं हुण क्या अगे आ जा थोड़ा जा, ते टाइम 1:13 हो गए, 11:30 उठा, सॉरी 11:30 क्यों 11:40 तक उठा। तो उस तो बाद कुछ नहीं किया, खा के रोटी फिर तो यद फोन आया कहना आप जाना गड्डी तू चला। मैं क्या चल कोई चक्कर नहीं, क्या चला लाँगे, हम देखते हैं की करना, आन दो फिर सौन दे भी जबलियाँ की करना की नहीं, बाकी तो पता नहीं है यार कितने रह गया। मैं तो कहा कि अगे खड़ा मैं हूँ आ नहीं रहा, पर मैं टाइम ना पहुँच गया हल फूल पे हो आता तुम दिखा खिजिया होना देख ली खिजा पूरा होना मेरे ते बाकी गर्मी ने यार बुरा हाल करता, फिर बाल बाल भी नहीं लोड किते वो आता गड्डी ते देखो खिजा ही आता। बाकी तो चलो कोई चक्कर नहीं, गाला ही सुननी है मैं और तो कुछ नहीं देख, बाकी तो अरे कल पिया हूँ मैंने स्टिंग लैन भेजता आराम ना स्टिंग लाइए यार स्टिंग दे बरे स्टिंग एक दो यार बहुत ज्यादा बिना मुंह धोते तो स्टिंगा बीम दे। Close till I get up. Time is barely on our side. ਸਾਨੂੰ ਲੈ ਕੇ ਆ ਗਿਆ ਉਹ ਚੱਲ ਖਵਾ ਦਾਣ ਨਾਣ ਖਵਾਉ ਯਾਰ ਹੁਣ ਬੈਠੇ ਗੱਡੀ 'ਚ ਕਿਉਂਕਿ ਗੱਡੀ ਬੰਦ ਹੀ ਨਹੀਂ ਕਰਨੀ ਕਹਿੰਦਾ ਵਾਹ ਜੀ ਵਾਹ ਦੋ ਪਲੇਟ ਕਰ ਦਿਓ ਵੀਰੇ ਦੋ ਪਲੇਟਾਂ ਕਰ ਦਿਓ ਦੋ ਪਲੇਟਾਂ ਨਾਨ ਨਾਨ ਖਤਮ ਯਾਰ ਨਾਨ ਖਤਮ ਆ ਭਟੂਰੇ ਆ ਨਾਨ ਹੀ ਖਤਮ ਆ ਕਿਸਮਤ ਮਾੜੀ ਭਟੂਰੇ ਹੀ ਕਰ ਦਿਓ ਯਾਰ ਦੋ ਪਲੇਟ ਕਰ ਦਿਓ ਨਹੀਂ ਖਾਣਾ ਹੀ ਆ ਆਹ ਭਰਾ ਨੇ ਯਾਰ ਆਪਣੀ ਕੀਤੀ ਹੈਲਪ ਓਏ ਆਹ ਦੇ ਥੈਂਕ ਯੂ ਭਰਾ ਵਲੌਗ ਬਣਾਉਣਾ ਜ਼ਰੂਰੀ ਆ ਬਾਕੀ ਸਭ ਮੈਂ ਡਰਾਈਵਿੰਗ ਸੀਟ ਛੱਡ ਕੇ ਇੱਧਰ ਆ ਅਤੇ ਚਲੋ ਯਾਰ ਨਾਨ ਖਾਂਦੇ ਭਟੂਰੇ ਮਿਲੇ ਭਟੂਰੇ ਖਾਈਏ ਸੀਗਾ ਜੋ ਫਿਰ ਕਿਹੜਾ ਬਾਲਾ ਸੋਹਣਾ ਹੋ ਗਿਆ ਤਾਂ ਸਾਹ ਕਿੱਲਾ ਚਾਰ ਮੰਜ਼ਿਲ ਦੇ ਆਏ ਪਿਆ ਅਤੇ ਬਾਈ ਮੈਨੂੰ ਨਹੀਂ ਕਿਸੇ ਨੂੰ ਸੱਪੜ ਕੇ ਆਏ ਗਿਣਤੀ ਕਰਦਾ ਸਿਰਫ ਇਹੀ ਆ ਮੈਂ ਤਾਂ ਗੱਡੀ ਚਲਾਉਣ ਵਾਲਾ ਬੰਦਾ ਵਾ ਸਿਆਣਾ ਭੋਲਾ ਭੰਡਾਰੀ ਸਭ ਨੂੰ ਪਤਾ ਸਾਰਾ ਗਰਾਊਂਡ ਪਹਿਲੀ ਖਰਾਬ ਕੀਤਾ ਹੋਇਆ ਸੰਭਲ ਗਏ ਬਾਕੀ ਆ ਦੇਖੋ ਪਤਾ ਕਿਹੜੇ ਕਿਹੜੇ ਪਿੰਡਾਂ 'ਚ ਮੈਨੂੰ ਘੁਮਾਈ ਜਾਂਦਾ ਬਾਕੀ ਆਪਾਂ ਕਦੇ ਆਏ ਨਹੀਂ ਹਾਂ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਰੱਬ ਕਰਕੇ ਬਾਈ ਜੀ ਸਾਨੂੰ ਘਰੇ ਵਿਚਾਰੇ ਟੈਂਕੀ ਫੁੱਲ ਸੀ ਤੇ ਪੰਪ ਦੇ ਹੁਣ ਟੈਂਕੀ ਫੁੱਲ ਸੀਗੀ ਬਾਈ ਜੀ ਪਰ ਆਹ ਬੰਦੇ ਪੈਟਰੋਲ ਪੰਪ ਪਤਾ ਨਹੀਂ ਕਿੰਨੀ ਦੂਰ ਨੇ ਤੇ ਸਾਨੂੰ ਕੁਛ ਵੀ ਮੂਰੇ ਬਾਬਾ ਆਟੋ ਵਾਲੇ ਆ ਤੂੰ ਬੋਰਾ ਪਿੱਛੇ ਹੋ ਜਾ ਬੋਲਾ ਬਹੁਤ ਜ਼ਿਆਦਾ ਤੇਜ਼ ਆਉਂਦਾ ਉਹ ਕਰਦੇ 200 ਰੁਪਿਆ ਆਟੋ ਵਾਲਾ ਬਾਈ ਆਟੋ ਵਾਲਾ ਬਹੁਤ ਜ਼ਿਆਦਾ ਤੇਜ਼ ਸੀਗਾ ਮੈਂ ਤਾਂ ਮਜ਼ਾਕ ਕਰਦਾ ਹਾਂ ਨਾ ਚੰਗਾ ਅੱਜ ਹੁੰਦਾ ਪਿਆ ਬਾਦਸ਼ਾਹ ਆ ਸੁਣੋ ਗਾਣਾ ਇੰਨੇ ਮਲੰਗ ਹੋ ਗਏ ਬੰਦੇ ਅਸੀਂ ਹੌਟਸਪੋਟ ਦੇਣ ਲੱਗੇ ਹੌਟਸਪੋਟ ਕਿਉਂ ਬਈ ਹੌਟਸਪੋਟ ਹੁਣ ਕਹਿ ਨਹੀਂ ਸਕਦਾ ਬੰਦਾ ਲੈ ਲਾਈਟ ਮੋਡ ਲਾਤਾ ਚੱਕ ਛੱਡਤਾ ਬਾਬਾ ਜੀ ਹਰਦ ਮਾਰ ਕੇ ਲੰਘਦੇ ਬਾਬਾ ਜੀ ਬਾਬਾ ਜੀ ਰਾਜੀ ਨਾ ਵਾ ਬਾਬਾ ਬੁਲਾਉਂਦਾ ਸੀ ਬਾਬੇ ਦੀ ਢਾਂਗੜਾ ਸੁਣੀ ਨੀ ਦੇਖ ਰਹੇ ਸੀ ਕਿ ਹਾਂ ਵੀ ਕੌਣ ਨੇ ਸਾਹਿਬ ਜੀ ਜਦ ਬੈਠੇ ਹੁੰਦੇ ਦੇਖੀ ਦਾ ਨਹੀਂ ਹੁੰਦਾ ਇਹਨਾਂ ਨੂੰ ਇਹ ਨਹੀਂ ਪਤਾ
ਉਹ ਭਾਈ ਵਿਆਹ ਹੋ ਰਿਹਾ ਪਤਾ ਨਹੀਂ ਕਿਹੜਾ ਸੂਲੀ ਚੜਨ ਲੱਗਾ ਵਾ ਜੋ ਹੁੰਦੇ ਆ ਜਗਰਾਉਂ ਵਿੱਚ ਨਹੀਂ ਕੋਠੇ ਉੱਤੇ ਲੱਗੂ ਸਾਡਾ ਜੀ ਨਾ ਕਰੋ ਕਿਉਂ ਬਈ ਯਾਰ ਲੈ ਚੱਲ ਕਰ ਤੁਹਾਨੂੰ ਦਿਖਾ ਦੇ ਕੰਮ ਬਹੁਤ ਨੇ ਘਰੇ ਪਏ ਉਹ ਬਾਈ ਮੇਰਾ ਤਾਂ ਕੱਦੂ ਕਾ ਬਾਈ ਲੈ ਕਿਹੜੇ ਪੁਲਿਸ ਲਾ ਕੌਣ ਕੱਟ ਆ ਕਿਹੜਾ ਕੱਟ ਜਿਹੜਾ ਆਪਾਂ ਗਏ ਸੀਗੇ ਸਤਮਾ ਉਧਰ ਦੀ ਪਾਉਣਾ ਇੱਥੇ ਦਾ ਕੱਟ ਜਾ ਕੱਠ ਲੜਾਈਆਂ ਹੈ ਮੇਰੇ ਹਿਸਾਬ ਨਾਲ ਲੜਾਈ ਲੜਾਈ ਹੋ ਗਈ ਲੜਾਈਆਂ ਲੜਾਈਆਂ ਹੁਣ ਤਾਂ ਬਾਕੀ ਤੁਸੀਂ ਆਹ ਦੇਖੋ ਆਹ ਬੰਦਾ ਸੀਗਾ ਜਿਹੜਾ ਦੇਖਦਾ ਸੀਗਾ ਹਾਂ ਵੀ ਬਾਈ ਦੇਖ ਰਿਹਾ ਸੀ ਸੈਮ ਵਾਲੀ ਨਹੀਂ ਉਹ ਫਾਸਟ ਟੈਗ ਵਾਲੇ ਸੀਗੇ ਸੈਮ ਵਾਲੇ ਦਾ ਦਾ ਬਾਈ ਦੇਖੋ ਯਾਰ ਫਾਸਟ ਟੈਗ ਵਾਲੇ ਸੀਗੇ ਤੇ ਮੋਜਾ ਨਾ ਕਹਿੰਦਾ ਉਹ ਡਾ ਨਾ ਦੇਈ ਉਹ ਡਾ ਨਾ ਦੇ ਦੇਖੋ ਗਾਇਸ ਕਿੰਨਾ ਰੌਂਗ ਚਲਾ ਰਿਹਾ ਬਾਈ ਸਾਹਿਬ ਬਸ ਬਸ ਡਰ ਹੀ ਲੱਗਦਾ ਵਾ ਇਹੋ ਜਿਹੀਆਂ ਚੀਜ਼ਾਂ ਤੋਂ ਹੀ ਤਾਂ ਕੋਈ ਐਡਾ ਇਸ਼ੂ ਵੀ ਨਹੀਂ ਗਾ ਕਿ ਸਾਰੇ ਤੁਹਾਡੇ ਧੱਕੇ ਖਾਧੇ ਤੇ ਤੁਹਾਨੂੰ ਦਿਖਾਏ ਥੋੜਾ ਥੋੜਾ ਯਾਰ ਕਈ ਚੀਜ਼ਾਂ ਨਾ ਵਲੌਗ 'ਚ ਨਹੀਂ ਸ਼ੇਅਰ ਕਰਨ ਵਾਲੇ ਹੁੰਦੇ ਆ ਕਈ ਚੀਜ਼ਾਂ ਸ਼ੇਅਰ ਨਹੀਂ ਕਰਨ ਵਾਲੇ ਹੁੰਦੇ ਆ ਬਟ ਕਈ ਆਪਣੇ ਇੰਨੇ ਦਿਲ ਦੇ ਕਲੋਜ਼ ਆ ਪਰ ਉਹ ਬੰਦਿਆਂ ਨੂੰ ਆਪਾਂ ਸਭ ਕੁਛ ਸੱਚ ਸੱਚ ਦੱਸ ਦੇਈਦਾ ਠੀਕ ਆ ਦੇਖ ਆਪਣਾ ਮੇਨ ਠੀਕ ਆ ਬਾਕੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸ਼ਵੀਲ ਸਤਿ ਸ਼੍ਰੀ ਅਕਾਲ ਜੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜਿੰਨਾ ਨਹੀਂ ਬਣੇ ਹੁੰਦੇ ਬਾਈ ਜੀ ਹੱਥ ਜੋੜ ਦਿਆ ਕਰੋ ਹਾਰਨ ਮਾਰ ਕੇ ਨਾ ਨਹੀਂ ਗਿਆ ਕਰ ਰਹੇ ਹੋ ਸਹੀ ਹੈ ਨਾ ਹੱਥ ਜੋੜ ਦਿਓ ਆਪਣੇ ਲਈ ਖੜ੍ਹਦੇ ਨੇ ਸੇਵਾ ਲਈ ਕਿ ਹੱਥ ਕਰਦੇ ਚੰਗੇ ਨਹੀਂ ਹੱਥ ਜੋੜ ਦਿਓ ਬਾਈ ਸਭ ਤੋਂ ਵਧੀਆ ਇਹੀ ਆ ਜਾਣਾ ਚਾਹੀਦਾ ਤੇ ਬੰਦੇ ਨੂੰ ਮੈਂ ਕੱਲ੍ਹ ਕਿਹਾ ਕਿ ਹੌਲੀ ਚਲਾਇਆ ਕਰੋ ਨਹੀਂ ਉਦੋਂ 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 ਇਹਨੂੰ ਕੀ ਹੋ ਜਾਂਦਾ ਪੁੱਛਣ ਵਾਲਾ ਹੋਵੇ ਕਿਉਂ ਵੀ ਐਕਚੁਅਲੀ ਗੱਲ ਇਹ ਤੇ ਹੁਣ ਪਤਾ ਲੱਗਿਆ ਕਿ ਫੋਟੋ ਨੂੰ ਢੰਗ ਰੱਖ ਗਈ ਨਹੀਂ ਉਹ ਸਿੱਧਾ ਲਿੰਕ ਸੈਂਡ ਹੋ ਗਿਆ ਯਾਰ ਤੇ ਕਹਿੰਦਾ ਹੋ ਗਿਆ ਜੀ ਗਾਇਸ ਦੇਖੋ ਇਹ ਕੀ ਹੈ ਗਾਲੀ ਇਕੱਲਾ ਕਰ ਰਿਹਾ ਸੌਰਵ ਜੋਸ਼ੀ ਮੈਂ ਸੌਰਵ ਜੋਸ਼ੀ ਨੂੰ ਮਿਲਣਾ ਚਾਹ ਰਿਹਾ ਇਹ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੇਅਰ ਕਰਕੇ ਮੈਨੂੰ ਸੌਰਵ ਜੋਸ਼ੀ ਕੌਣ ਆ ਮੈਨੂੰ ਮਿਲਾਓ ਉਹਨੂੰ ਕਹਿੰਦਾ ਮੈਂ ਫੇਸ ਟੂ ਫੇਸ ਬਹਿ ਕੇ ਤੇਰੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਦੇਖੋ ਯਾਰ ਇਹਨੇ ਜ਼ਰੂਰੀ ਗੱਲ ਕਰਨੀ ਸੌਰਵ ਜੋਸ਼ੀ ਮੈਂ ਉਹਨੂੰ ਕਹਿਣਾ ਵਾ ਮੈਨੂੰ ਵੀ ਨਾਲ ਲੈ ਕੇ ਜਾ ਵਿੱਚ ਹਿੱਸਾ ਪਾ ਫਿਰ ਮੈਂ ਗਾਣਾ ਸੁਣਾਊਂਗਾ ਇਹਨੂੰ ਨੱਡੀਆਂ ਜਰਮਨ ਗਾਂਧੀਆਂ ਅੱਖ ਮਿੱਤਰਾਂ ਦੀ ਜਹਿਰੀ ਨੂੰ ਜਿਹਦਾ ਗੀਤ ਆ ਕਲੈਮ ਭੇਜ ਦੇਣਾ ਕਾਪੀ ਗੱਡੀ ਗੁੱਡੀ ਚ ਉਤਾਰ ਗੱਡੀ ਸਾਰੀ ਦਿਹਾੜੀ ਕਟਾਤੀ ਹਜੇ ਤੀਕਰ ਹੁਣ ਦੇਖਦੇ ਆ ਕੀ ਬਣਦਾ ਜੁੜਦੇ ਦਾ ਦੇਖੀ ਚੌੜ ਤੇ ਆ ਲੈ ਚੌੜ ਦੇਖ ਲਓ ਲਾਸਟ ਵਾਰ ਯਾਰ ਸਾਡੇ ਆਪਣੇ ਖਾਲੀ 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 ਆਪਣੇ ਖ
कैमरा रोटेट हों चल भी यार आ गए हाँ घर स्कूल तो हम गाँव पैना टाइम सुबह तक इतने धक्के खा रहे हैं स्कूल जा गेट खुल गया खुल गया फिर लगता घर ही गाँव पैना तो लोग यार अपना वो तो लोग यार नहा नू के हम आप देखो किन्ने हैंडसम हो गए हैं बाल दसो यार आए सोने लगते तेर नहा के आप हो गया रेडी तो आज ब्लॉग बस इन्ना ही छोटा सी आई थिंक छोटा सी बाकी छोटे हिसाब न कमेंट बॉक्स जरूर दस्यो बाकी चलो नैक्सट ब्लॉग च मिलते सुनू नैक्सट किसी चलो बाय आ गई हो रहा पता नहीं देख दिया दे।